ਸਤਿ ਸ਼੍ਰੀ ਅਕਾਲ। ਮੈਂ ਮਰਾਦਪੁਰ ਦੀ ਰਹਿਣ ਵਾਲੀ। ਮੇਰਾ ਨਾਮ ਰਾਜਪ੍ਰੀਤ ਕੌਰ ਹੈ। ਜ਼ਿਲ੍ਹਾ ਸਾਡਾ ਕਪੂਰਥਲਾ। ਮੈਂ ਸੱਤਵੀਂ ਜਮਾਤ ਦੀ ਵਿਦਿਆਰਥਣ ਹਾਂ। ਮੇਰੇ ਸਕੂਲ ਦਾ ਨਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਲਾਣਾ ਹੈ। ਮੈਂ ਤੁਹਾਡੇ ਸਾਹਮਣੇ ਕੋਰੋਨਾ ਵਾਇਰਸ ਜਿਹੜੀ ਬਿਮਾਰੀ ਚੱਲੀ, ਇਹਨਾਂ ਸਾਹਮਣੇ ਤੁਹਾਨੂੰ ਕੁਝ ਸੁਵਿਧਾ ਪ੍ਰਦਾਨ ਕਰਾਂਗੀ। ਕੋਰੋਨਾ ਵਾਇਰਸ ਜਿਹੜੀ ਬਿਮਾਰੀ ਚੱਲੀ ਹੈ, ਇਹ ਕਿਸੇ ਵੀ ਵਿਅਕਤੀ ਨੂੰ ਹੋਵੇ ਅਤੇ ਕਿਸੇ ਵਿਅਕਤੀ ਦੀ ਮੌਤ ਵੀ ਲੈ ਸਕਦੀ ਹੈ। ਕਰੋਨਾ ਵਾਇਰਸ ਤੋਂ ਛੁਟਕਾਰਾ ਕਰਨਾ ਹੈ, ਆਪਾਂ ਨੂੰ ਅੰਦਰ ਰਹਿਣਾ ਚਾਹੀਦਾ, ਸਾਫ਼ ਸੁਥਰੇ ਕੱਪੜੇ ਪਾਉਣੇ ਚਾਹੀਦੇ ਆ, ਰੋਜ਼ ਨਹਾਉਣਾ ਚਾਹੀਦਾ ਹੈ, ਬਰੱਸ਼ ਕਰਨਾ ਚਾਹੀਦਾ ਹੈ, ਖਾਂਸੀ ਜਿਸਨੂੰ ਵੀ ਲੱਗੀ ਉਸਨੂੰ 2 ਮੀਟਰ ਦੀ ਦੂਰੀ ਬਣਾਈ ਰੱਖਣੀ ਚਾਹੀਦੀ ਆ। ਕਰੋਨਾ ਵਾਇਰਸ ਬਿਮਾਰੀ ਤੋਂ ਛੁਟਕਾਰਾ ਕਰਨ ਲਈ ਅੰਦਰ ਰਹਿਣਾ ਚਾਹੀਦਾ ਸਭ ਤੋਂ ਤਾਂ। ਜੇ ਆਪਾਂ ਕੰਧ ਨੂੰ ਹੱਥ ਲਾਇਆ ਤਾਂ ਜਲਦੀ ਜਲਦੀ ਧੋਣਾ ਚਾਹੀਦਾ ਹੈ, ਕਿਉਂਕਿ ਕੰਧਾਂ ਵਿੱਚ ਵੀ ਕਰੋਨਾ ਵਾਇਰਸ ਆ ਸਕਦਾ ਹੈ। ਆਪਾਂ ਨੂੰ ਬਾਹਰ ਦੇ ਫਲ ਫਰੂਟ ਨਾ ਸਬਜ਼ੀਆਂ ਹੀ ਖਾਣੀਆਂ ਚਾਹੀਦੀਆਂ, ਆਪਾਂ ਨੂੰ ਸਾਫ਼ ਸੁਥਰਾ ਹੀ ਖਾਣਾ ਚਾਹੀਦਾ ਘਰ ਬਣਿਆ। ਜੇ ਆਪਾਂ ਬਾਹਰ ਦਾ ਖਾਣਾ ਖਾਵਾਂਗੇ, ਕਿਉਂਕਿ ਉਹਨਾਂ ਵਿੱਚ ਵੀ ਕਰੋਨਾ ਵਾਇਰਸ ਆ ਰਿਹਾ ਹੈ। ਜਿਹੜੀ ਕਰੋਨਾ ਵਾਇਰਸ ਬਿਮਾਰੀ ਚੱਲੀ, ਆਪਾਂ ਨੂੰ ਇਹਨਾਂ ਤੋਂ ਦੂਰ ਰਹਿਣ ਲਈ ਘਰਾਂ 'ਚ ਰਹਿਣਾ ਚਾਹੀਦਾ ਸਭ ਤੋਂ ਜ਼ਿਆਦਾ, ਸਾਫ਼ ਸੁਥਰੇ ਕੱਪੜੇ ਪਾਉਣੇ ਚਾਹੀਦੇ। ਇਸ ਕਰਕੇ ਆਪਾਂ ਜਿੰਨਾ ਹੀ ਘਰਾਂ 'ਚ ਰਹੋ, ਕਰੋਨਾ ਵਾਇਰਸ ਬਾਹਰ ਚਲ ਜਾਏਗਾ, ਕਿਉਂਕਿ ਕਰੋਨਾ ਵਾਇਰਸ ਬਾਹਰ ਚਲ ਜਾਏਗਾ, ਲੋਕ ਵੀ ਆਪਣੇ ਕੰਮਾਂ 'ਚ ਜਾਣ ਅਤੇ ਆਪਾਂ ਵੀ ਆਪਣੇ ਸਕੂਲਾਂ 'ਚ ਜਾਣ, ਕਿਉਂਕਿ ਜਿਨ੍ਹਾਂ ਦੇ ਵਿੱਚ ਪੇਪਰ ਹੈਗੇ ਉਹਨਾਂ ਦੀ ਪੜ੍ਹਾਈ ਵੀ ਬਹੁਤ ਖਰਾਬ ਹੋਈ ਹੈ, ਜਿਨ੍ਹਾਂ ਦੀਆਂ ਬੋਰਡ ਦੀਆਂ ਕਲਾਸਾਂ ਉਹਨਾਂ ਦੀ ਪੜ੍ਹਾਈ ਵੀ ਬਹੁਤ ਖਰਾਬ ਹੋਈ। ਇਸ ਕਰਕੇ ਇਹ ਛੇਤੀ ਛੇਤੀ ਬਿਮਾਰੀ ਖਤਮ ਹੋਵੇ, ਲੋਕ ਆਪਣੇ ਕੰਮਾਂ 'ਤੇ ਜਾਣ ਅਤੇ ਧੰਦ ਚਲਾਉਣ, ਅਤੇ ਆਪਾਂ ਆਪਣੇ ਸਕੂਲਾਂ 'ਚ ਜਾਈਏ ਅਤੇ ਪੜ੍ਹਾਈ ਸ਼ੁਰੂ ਕਰੀਏ ਅਤੇ ਕੋਈ ਵੱਡੇ ਹੋ ਕੇ ਅਫਸਰ ਬਣਾਂਗੇ। ਧੰਨਵਾਦ।